ਪੰਜਾਬ ਦੇ ਵਿੱਚ ਫਾਇਰਿੰਗ ਹੋਈ ਹੈ ਫਾਇਰਿੰਗ ਹੋਈ ਹੈ ਜਿਸ ਦੌਰਾਨ ਇੱਕ ਸ਼ਖਸ ਜਿਹੜਾ ਹੈਗਾ ਜ਼ਖਮੀ ਹੋ ਗਿਆ ਉਸਦੇ ਪੈਰ ਤੇ ਗੋਲੀ ਲੱਗੀ ਹੈ ਤਾਂ ਤਰਨ ਤਾਰਨ ਸ਼ਹਿਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਰੋਡ ਤੇ ਇੱਕ ਜਿਮ ਸੀਗੀ ਤਾਂ ਜਿਮ ਦੇ ਟ੍ਰੇਨਰ ਤੇ ਜਿਹੜਾ ਹੈਗਾ ਹਮਲਾ ਕੀਤਾ ਗਿਆ ਹੈ ਪੈਰ ਦੇ ਉੱਪਰ ਗੋਲੀ ਲੱਗੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਇਹ ਤਸਵੀਰਾਂ ਇਹ ਜਿਮ ਦੀਆਂ ਤਸਵੀਰਾਂ ਨੇ ਤਾਂ ਜਿਮ ਦੀ ਦੇ ਟ੍ਰੇਨਰ ਜਿਹੜਾ ਜਿਮ ਦਾ ਟ੍ਰੇਨਰ ਸੀਗਾ ਉਸਦੇ ਅਚਾਨਕ ਗੱਡੀਆਂ ਦੇ ਵਿੱਚ ਸਵਾਰ ਹੋ ਕੇ कार ਦੇ ਵਿੱਚ ਸਵਾਰ ਹੋ ਕੇ ਕਦ ਬਦਮਾਸ਼ ਆਉਂਦੇ ਨੇ ਜਿਨ੍ਹਾਂ ਦੇ ਕੋਲ ਹਥਿਆਰ ਵੀ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਗੋਲੀ ਚਲਾ ਦਿੱਤੀ ਜਾਂਦੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਤੇ ਵੀ ਦੱਸਿਆ ਜਾ ਰਿਹਾ ਕਿ 4 ਤੋਂ 5 ਰਾਊਂਡ ਜਿਹੜੇ ਨੇ ਫਾਇਰ ਕੀਤੇ ਗਏ ਉਸ ਤੋਂ ਬਾਅਦ ਜਿਹੜਾ ਹੈ ਉਹ ਇੱਕ ਜਿਮ ਦੇ ਟ੍ਰੇਨਰ ਦੇ ਜਿਹੜੀ ਗੋਲੀ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜ਼ਖਮੀ ਹੋ ਜਾਂਦਾ ਤੇ ਉਸ ਨੂੰ ਹਸਪਤਾਲ ਦੇ ਵਿੱਚ ਵੀ ਜਿਹੜਾ ਹੈਗਾ ਭਰਤੀ ਕਰਵਾਇਆ ਜਾਂਦਾ ਤਾਂ ਮੌਕੇ ਤੇ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਜਿਹੜੀ ਹੈ ਮੌਕੇ ਤੇ ਪੁੱਜਦੀ ਹੈ ਤੇ ਪੁਲਿਸ ਵੱਲੋਂ ਲਗਾਤਾਰ ਮਾਮਲੇ ਦੀ ਜਿਹੜੀ ਹੈ ਜਾਂਚ ਕੀਤੀ ਜਾਂਦੀ ਹੈ ਤਾਂ ਜਦੋਂ ਜ਼ਖਮੀ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਹੋਰ ਨਵੀਂ ਜਿਮ ਖੁੱਲੀ ਹੈ ਤਾਂ ਜਿਮ ਦੇ ਮਾਲਕਾਂ ਦਾ ਕੋਈ ਆਪਸੀ ਝਗੜਾ ਸੀਗਾ ਜਿਸ ਦੇ ਤਹਿਤ ਜਿਹੜੀ ਹੈ ਪੂਰੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਉਸਦੇ ਪੈਰ ਤੇ ਜਿਹੜੀ ਹੈ ਗੋਲੀ ਲੱਗੀ ਹਾਲਾਂਕਿ ਉਸਦਾ ਇਹ ਵੀ ਕਹਿਣਾ ਹੈ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਲੜਾਈ ਝਗੜਾ ਵੀ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਜਿਮ ਦੇ ਵਿੱਚ ਕੋਈ ਕੰਮ ਕਰਦੀ ਹੈ ਕੁੜੀ ਉਸ ਨੂੰ ਲੈ ਕੇ ਸਾਰਾ ਜਿਹੜਾ ਮਾਮਲਾ ਹੋਇਆ ਜਿਸ ਤੋਂ ਬਾਅਦ ਫਾਇਰਿੰਗ ਹੋਈ ਹੈ ਤਾਂ ਉਧਰ ਜਿਮ ਦੇ ਮਾਲਕ ਦੇ ਨਾਲ ਵੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਨਵੀਂ ਜਿਮ ਕੋਲ ਖੁੱਲੀ ਹੈ ਇੱਕ ਉਸ ਨੂੰ ਲੈ ਕੇ ਜਿਹੜਾ ਹੈਗਾ ਆਪਸੀ ਪਹਿਲਾਂ ਵੀ ਤਕਰਾਰ ਚੱਲ ਰਿਹਾ ਸੀ ਤਾਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਨੂੰ ਤਾਂ ਹੁਣ ਕਈ ਬੰਦੇ ਆਉਂਦੇ ਨੇ 7 ਤੋਂ 8 ਬੰਦੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੌਰਾਨ ਉਹਨਾਂ ਦੇ ਇੱਕ ਟ੍ਰੇਨਰ ਦੇ ਪੈਰ ਤੇ ਜਿਹੜੀ ਗੋਲੀ ਲੱਗ ਜਾਂਦੀ ਹੈ ਤਾਂ ਫਾਇਰਿੰਗ ਹੋਈ ਹੈ ਤਰਨ ਤਾਰਨ ਸ਼ਹਿਰ ਦੇ ਵਿੱਚ ਫਾਇਰਿੰਗ ਹੋਈ ਹੈ ਜਿਮ ਟ੍ਰੇਨਰ ਤੇ ਗੋਲੀ ਵੀ ਲੱਗੀ ਹੈ ਜ਼ਖਮੀ ਹੋ ਜਾਂਦਾ ਹਸਪਤਾਲ ਭਰਤੀ ਕਰਵਾਇਆ ਜਾਂਦਾ ਕੀ ਕਹਿਣਾ ਜਿਮ ਟ੍ਰੇਨਰ ਦਾ ਪੁਲਿਸ ਦਾ ਤੁਹਾਨੂੰ ਸੁਣਾ ਦਿੰਦੇ ਹਾਂ ਇਹ ਕਿੱਥੇ ਡਾਇਮੰਡ ਜਿਮ ਨਵਾਂ ਖੁੱਲ੍ਹਾ ਵਾ ਇੱਥੇ ਕੋਈ ਲੜਕੀ ਕੰਮ ਕਰਦੀ ਸਾਨੀਆ ਉਹਦੇ ਤੋਂ ਕੋਈ ਲੈ ਕੇ ਇਸ਼ੂ ਕ੍ਰੀਏਟ ਹੋਇਆ ਤੇ ਮੁੰਡੇ 4-5 ਆਏ ਆ ਇੱਥੇ ਗੋਲੀ ਚਲਾ ਕੇ ਗਏ ਆ ਉਹਨਾਂ ਨੂੰ ਵੈਰੀਫਾਈ ਕਰਨ ਦੇ ਕੇਸ ਰਜਿਸਟਰ ਕਰਨ ਲੱਗੇ ਆ ਤੇ ਵੈਰੀਫਾਈ ਕਰਕੇ ਸਾਰੀ ਫਿਰ ਦੱਸ ਦਿੰਦਾ ਕਿੰਨੇ ਲੱਗੇ ਨੂੰ ਗੋਲੀ ਲੱਗੀ ਇੱਕ ਮੁੰਡੇ ਦੇ ਪੈਰ 'ਚ ਲੱਗੀ ਠੀਕ ਕਿੱਥੇ ਪਾਸੋਂ ਕੋਈ ਬਾਬਾ ਜੀ ਨਹੀਂ ਖਜੀ ਕੁਝ ਨਹੀਂ ਅਜੇ ਜਸਟ ਹੋਇਆ ਹੀ ਆ ਜਸਟ ਹੋਣਾ ਹੈ ਹਾਂ ਖੰਗਾਲਣ ਦੇ ਸੀਸੀਟੀ ਵੀ ਕਿੰਨੇ ਕਿ ਰਾਊਂਡ ਫੈਰ ਹੋਏ ਪਤਾ ਲੱਗਾ ਵੀ 4-5 ਰਾਊਂਡ ਫੈਰ ਹੋਏ ਬਾਕੀ ਵੈਰੀਫਾਈ ਕਰਦੇ ਹਾਂ ਸਾਰੀ ਗੱਲ ਲਵਪ੍ਰੀਤ ਸਿੰਘ ਹੈ ਜੀ ਕੋਈ ਨਹੀਂ ਬਸ ਜਿਮ ਮੈਂ ਟ੍ਰੇਨਰ ਹਾਂ ਇੱਥੇ ਤੇ ਬਾਹਰ ਇਹਨਾਂ ਜਿਮ ਵਾਲਿਆਂ ਦੀ ਗੱਲਬਾਤ ਹੋਈ ਇੱਥੇ ਜਾ ਕੇ ਖੜ ਗਏ ਤੇ ਉਹ ਹਰਕਲੂ ਜਿਮ ਵਾਲਿਆਂ ਨੇ ਫਾਇਰ ਫੂਰ ਚਲਾ ਤੇ ਆ ਕੇ ਇੱਥੇ ਤੇ ਗੋਲੀ ਵੱਜ ਗਈ ਮੇਰੇ ਕਿੰਨੇ ਕੁ ਬੰਦੇ ਸੀ ਜਿਹੜੇ ਲੜਾਈ ਹਰਕਲੂ ਜਿਮ ਦੇ ਸੀਗੇ ਜੀ ਉਹਨਾਂ ਦੇ ਬੰਦੇ ਨਹੀਂ ਮੈਂ ਤਾਂ ਜੀ ਮੈਂ ਤਾਂ ਕਿਸੇ ਨਾਲ ਲੜੇ ਨਹੀਂ ਗਾ ਮੇਰੀ ਕੀ ਦੁਸ਼ਮਣੀ ਕਿਸੇ ਨਾਲ ਇਹ ਜੀ ਜਿਮ ਨਾਲ ਰਿਲੇਟਡ ਹੀ ਗੱਲਬਾਤ ਆ ਮਤਲਬ ਆਪਣਾ ਜਿਮ ਖੁੱਲਿਆ ਵਾ ਉਹਨੀਆਂ ਧਮਕੀਆਂ ਧਮਕੀਆਂ ਦਿੰਦੇ ਆ ਨਵਾਂ ਆਪਣਾ ਜਿਮ ਖੁੱਲਿਆ ਵਾ ਅਤੇ ਫੋਨ 'ਤੇ ਮਤਲਬ ਗਾਲੀ ਗਲੋਚ ਧਮਕੀਆਂ ਅਤੇ ਉਸ ਤੋਂ ਬਾਅਦ ਇਹਨਾਂ ਨੇ ਗੱਲਬਾਤ ਕਰਨ ਵਾਸਤੇ ਬੁਲਾਇਆ ਵਾ ਬਾਹਰ ਅਤੇ ਇਹਨਾਂ ਦੀਆਂ ਗੱਡੀਆਂ ਆ ਗਈਆਂ ਦੋ ਉਹਦੇ ਵਿੱਚ ਮੁੰਡੇ 8-9 ਮੁੰਡੇ ਸਾਰਿਆਂ ਨੇ ਹਥਿਆਰ ਹੀ ਉਹਨਾਂ ਨੇ ਆ ਕੇ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਵਾ ਕਿੰਨੇ ਕੁ ਜਣੇ ਮੁੰਡੇ ਆਏ ਮੁੰਡੇ 2 ਗੱਡੀਆਂ 'ਚ ਆਏ ਆ 7-8 ਮੁੰਡੇ ਸਾਰਿਆਂ ਨੇ ਹਥਿਆਰ ਸਿੱਧੀਆਂ ਗੋਲੀਆਂ ਇੱਕ ਆਪਣਾ ਮੁੰਡਾ ਵਾ ਉਹਦੀ ਗੋਲੀ ਵੱਜੀ ਆ ਲਵਪ੍ਰੀਤ ਨਾਮ ਆ ਜੀ ਕਿੱਥੇ ਗੋਲੀ ਲੱਗੀ ਉਹਦੇ ਪੈਰ 'ਚ ਗੋਲੀ ਵੱਜੀ ਜੀ ਆਪਣੇ ਡਾਇਮੰਡ ਜਿਮ ਡਾਇਮੰਡ ਜਿਮ ਇਹ ਫਰੋਤੀ ਫਰੂਤੀ ਦੀਦੀ ਨੇ ਬਸ ਧਮਕੀਆਂ ਦਿੰਦੇ ਸੀ ਫੋਨ ਮਤਲਬ ਇਹੋ ਹੀ ਜਿਮ ਵੱਲੋਂ ਕਿ ਤੁਸੀਂ ਜਿਮ ਖੋਲਿਆ ਵਗੈਰਾ ਸਾਡੇ ਬੰਦੇ ਹੋ 2 ਗੱਡੀਆਂ ਸੀ ਜੀ ਹੁਣ 7-8 ਮੁੰਡੇ ਵਿੱਚੋਂ ਨਿਕਲੇ ਗੱਡੀਆਂ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਜਿਹੜੀ ਗੁੰਡਾਗਰਦੀ ਚੱਲ ਰਹੀ ਆ ਪ੍ਰਸ਼ਾਸਨ ਨੂੰ ਇਹੋ ਕਹਿੰਦੇ ਕਿ ਖਤਮ ਕੀਤੀ ਜਾਵੇ ਇੱਦਾਂ ਦੇ ਕੋਈ ਸ਼ਰੀਫ ਬੰਦਾ ਤੇ ਕੋਈ ਕੰਮ ਹੀ ਨਹੀਂ ਕਰ ਸਕਦਾ ਜੀ ਤੁਸੀਂ ਆਲੇ ਦੁਆਲੇ ਪੁੱਛ ਹੀ ਸਕਦੇ ਜੋ ਕਿੱਦਾਂ ਉਹ ਆਏ ਆ ਕਿੱਦਾਂ ਉਹਨਾਂ ਨੇ ਗੋਲੀਆਂ ਚਲਾਈਆਂ ਉਹ ਗੁੰਡਾਗਰਦੀ ਦਾ ਪੂਰਾ ਸ਼ਰੇਆਮ ਹਾਂਜੀ ਜਿਮ ਅਜੇ ਮਹੀਨਾ ਨਹੀਂ ਹੋਇਆ ਹਾਂਜੀ ਓਪਨ ਹੋ ਗਈ ਆ ਜੀ ਜਿਮ ਦੇ ਅੰਦਰ ਤੇ ਹੈਗੇ ਸੀਸੀਟੀਵੀ ਕੈਮਰੇ ਬਟ ਉੱਥੇ ਬਾਹਰ ਨਹੀਂ ਹੈਗਾ ਨਾ